ਸੱਜ ਵਿਆਹੀ ਕੁੜੀ ਵਕੀਲ ਦੇ ਚੈਂਬਰ ਵਿੱਚ ਬੈਠੀ ਵਕੀਲ ਦਾ ਇੰਤਜ਼ਾਰ ਕਰ ਰਹੀ ਸੀ। ਵਕੀਲ ਦੇ ਆਉਂਦੇ ਹੀ ਉਹ ਹੱਥ ਜੋੜ ਕੇ ਖੜੀ ਹੋ ਗਈ ਅਤੇ ਮਿਠਾਈ ਵਾਲਾ ਡੱਬਾ ਅੱਗੇ ਕਰਦੀ ਕਹਿੰਦੀ, ਸਰ ਮੈਂ ਤੁਹਾਡਾ ਧੰਨਵਾਦ ਕਰਨ ਆਈ ਹਾਂ। ਵਕੀਲ ਲੱਖਣਪਾਲ ਹੈਰਾਨੀ ਨਾਲ ਵੇਖਦਾ ਕਹਿਣ ਲੱਗਾ, ਧੰਨਵਾਦ ਕਿਸ ਗੱਲ ਦਾ, ਮੈਂ ਤੁਹਾਨੂੰ ਪਹਿਚਾਣ ਨਹੀਂ ਸਕਿਆ। ਸਿਮਰਨ ਕਹਿਣ ਲੱਗੀ, ਸਰ ਤੁਹਾਨੂੰ ਯਾਦ ਨਹੀਂ ਮੈਂ ਆਈ ਪਹਿਲਾਂ ਵੀ ਇੱਕ ਵਾਰ ਤੁਹਾਡੇ ਕੋਰਟ ਮੈਰਿਜ ਕਰਵਾਉਣ ਲਈ। ਵਕੀਲ ਸੋਚਣ ਲੱਗਾ, ਉਸਨੂੰ ਇੱਕ ਪੁਰਾਣੀ ਘਟਨਾ ਯਾਦ ਆਉਣ ਲੱਗੀ। ਇੱਕ ਦਿਨ ਇੱਕ ਅੱਲੜ ਜਿਹੀ ਉਮਰ ਦੀ ਮੁਟਿਆਰ ਇੱਕ ਕਹਿਰੇ ਜਿਹੇ ਸਰੀਰ ਵਾਲੇ ਲੜਕੇ ਨਾਲ ਉਸਦੇ ਚੈਂਬਰ ਵਿੱਚ ਆਈ ਸੀ। ਉਹਨਾਂ ਦੇ ਚਿਹਰੇ 'ਤੇ ਸਾਫ਼ ਫਿਕਰ ਅਤੇ ਡਰ ਦਿਖਾਈ ਦੇ ਰਿਹਾ ਸੀ। ਉਹਨਾਂ ਨੇ ਦੋਹਾਂ ਨੂੰ ਆਰਾਮ ਨਾਲ ਬੈਠਣ ਦਾ ਇਸ਼ਾਰਾ ਕਰਦੇ ਕਿਹਾ, ਡਰੋ ਨਾ, ਤੁਸੀਂ ਇੱਥੇ ਸੁਰੱਖਿਅਤ ਹੋ। ਉਸਨੇ ਆਉਣ ਦਾ ਮਕਸਦ ਪਤਾ ਕਰਨ ਲਈ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਪਹਿਲੀ ਗੱਲ ਤੋਂ ਹੀ ਸਮਝ ਗਿਆ ਕਿ ਇਹ ਕੋਰਟ ਮੈਰਿਜ ਕਰਵਾਉਣ ਆਏ ਹਨ। ਉਹ ਵੇਖ ਰਿਹਾ ਸੀ ਕਿ ਕੁੜੀ ਵੱਧ ਪੜ੍ਹੀ ਲਿਖੀ ਅਤੇ ਚੰਗੇ ਖਾਨਦਾਨ ਦੀ ਹੈ ਅਤੇ ਲੜਕਾ ਘੱਟ ਪੜ੍ਹਿਆ ਲਿਖਿਆ ਹੈ ਅਤੇ ਵੇਖਣ ਤੋਂ ਵੀ ਠੀਕ ਨਹੀਂ ਲੱਗਦਾ। ਉਸਨੇ ਸਾਰੀ ਗੱਲਬਾਤ ਕਰਕੇ ਕੁਝ ਕਾਗਜ਼ ਅਤੇ ਜ਼ਰੂਰੀ ਫਾਰਮ ਦੀਆਂ ਕਾਪੀਆਂ ਕਰਵਾਉਣ ਲਈ ਲੜਕੇ ਨੂੰ ਭੇਜ ਦਿੱਤਾ ਅਤੇ ਆਪ ਲੜਕੀ ਨਾਲ ਗੱਲ ਕਰਨ ਲੱਗ ਪਿਆ। ਉਸਨੇ ਗੱਲਬਾਤ ਸ਼ੁਰੂ ਕਰਦੇ ਕਿਹਾ, ਸਿਮਰਨ ਜੀ ਤੁਸੀਂ ਲੜਕੇ ਨੂੰ ਕਦੋਂ ਤੋਂ ਜਾਣਦੇ ਹੋ? ਮੇਰਾ ਮਤਲਬ ਇਸ ਦਾ ਸੁਭਾਅ ਕਰੈਕਟਰ ਆਦਿ ਦਾ ਪਤਾ ਹੈ? ਸਿਮਰਨ ਕਹਿਣ ਲੱਗੀ, ਹਾਂਜੀ ਮੈਂ ਇਸ ਲੜਕੇ ਨੂੰ 1 ਸਾਲ ਤੋਂ ਜਾਣਦੀ ਹਾਂ, ਮੈਨੂੰ ਬਹੁਤ ਪਿਆਰ ਕਰਦਾ, ਇਹਦੇ ਪਿਛੋਕੜ ਜਾਂ ਪਰਿਵਾਰ ਤੋਂ ਮੈਂ ਕੀ ਲੈਣਾ ਦੇਣਾ? ਵਕੀਲ ਕਹਿਣ ਲੱਗਾ, ਲੈਣਾ ਦੇਣਾ ਤਾਂ ਹੁੰਦਾ ਬੀਬਾ, ਮੇਰਾ ਤਜਰਬਾ ਦੱਸਦਾ ਮੈਨੂੰ ਲੱਗਦਾ ਇਹ ਲੜਕਾ ਤੁਹਾਡੇ ਲਈ ਠੀਕ ਨਹੀਂ। ਸਿਮਰਨ ਗੁੱਸੇ ਨਾਲ ਕਹਿਣ ਲੱਗੀ, ਤੁਸੀਂ ਸਾਡੀ ਕੋਰਟ ਮੈਰਿਜ ਕਰਾਉਣੀ ਹੈ ਜਾਂ ਨਹੀਂ ਦੱਸੋ, ਪਰ ਤੁਹਾਨੂੰ ਇਹ ਕਹਿਣ ਦਾ ਹੱਕ ਨਹੀਂ। ਅੱਗੋਂ ਵਕੀਲ ਨੇ ਕਿਹਾ, ਬੀਬਾ ਮੇਰੀ ਗੱਲ ਧਿਆਨ ਨਾਲ ਸੁਣ, ਇਹ ਲੜਕਾ ਨਸ਼ੇ ਦਾ ਆਦੀ ਹੈ, ਕੰਮ ਕਾਰ ਤੋਂ ਵਿਹਲਾ, ਕੀ ਤੂੰ ਇਹਦਾ ਖਰਚਾ ਪੂਰਾ ਕਰ ਸਕੇਂਗੀ? ਸਿਮਰਨ ਨੂੰ ਵਕੀਲ ਲੱਖਣਪਾਲ ਦੀ ਗੱਲ ਇੱਕਦਮ ਸੱਚੀ ਜਾਪਣ ਲੱਗੀ। ਉਸਨੂੰ ਆਪਣੇ ਆਪ ਨੂੰ ਪਿਛਲੀਆਂ ਘਟਨਾਵਾਂ ਯਾਦ ਕਰਕੇ ਸਭ ਕੁਝ ਹੀ ਜਾਪਣ ਲੱਗਾ। ਉਹ ਕੁਝ ਸੋਚ ਕੇ ਕਹਿਣ ਲੱਗੀ, ਫਿਰ ਮੈਂ ਕੀ ਕਰ ਸਕਦੀ ਹਾਂ? ਉਸਨੇ ਕਿਹਾ, ਤੁਸੀਂ ਵਿਆਹ ਤੋਂ ਟਾਲ ਕਰੋ, ਬਾਕੀ ਮੈਂ ਸੰਭਾਲ ਲਵਾਂਗਾ। ਗੱਲਾਂ ਕਰਦੇ ਕਰਦੇ ਲੜਕਾ ਸੰਦੀਪ ਵੀ ਕਾਗਜ਼ ਲੈ ਕੇ ਆ ਗਿਆ। ਉਹ ਕਾਗਜ਼ ਵਕੀਲ ਨੂੰ ਫੜਾ ਕੇ ਬੈਠ ਗਿਆ। ਇੰਨੇ ਵਿੱਚ ਹੀ ਸਿਮਰਨ ਨੇ ਕਿਹਾ, ਸੰਦੀਪ ਜੇ ਆਪਾਂ ਇੰਝ ਕਰੀਏ ਕਿ ਮੇਰੀ BA ਪੂਰੀ ਹੋਣ ਤੱਕ ਵਿਆਹ ਨੂੰ ਰੋਕ ਲਈਏ, ਆਹ 4 ਮਹੀਨਿਆਂ ਦੀ ਗੱਲ ਆ। ਉਸਨੇ ਵੀ ਇਹ ਗੱਲ ਲਈ ਸਹੀ ਪਾ ਦਿੱਤੀ। ਜਿਵੇਂ ਤੇਰੀ ਖੁਸ਼ੀ। ਉਹ ਦੋਵੇਂ ਚੈਂਬਰ ਵਿੱਚੋਂ ਬਾਹਰ ਆ ਗਏ। ਇਸ ਘਟਨਾ ਤੋਂ ਕੁਝ ਦਿਨਾਂ ਬਾਅਦ ਹੀ ਲੜਕਾ ਨਸ਼ੇ ਦੀ ਸਪਲਾਈ ਕਰਨ 'ਤੇ ਕੇਸ ਵਿੱਚ ਜੇਲ੍ਹ ਚਲਾ ਗਿਆ। ਵਕੀਲ ਨੂੰ ਇਹ ਸਾਰੀ ਘਟਨਾ ਯਾਦ ਆ ਗਈ। ਉਹ ਸਿਮਰਨ ਵੱਲ ਵੇਖ ਕੇ ਕਹਿਣ ਲੱਗਾ, ਸੰਦੀਪ ਨੂੰ ਤਾਂ ਸਜ਼ਾ ਹੋ ਗਈ ਸੀ ਅਤੇ ਤੁਸੀਂ? ਸਿਮਰਨ ਹੱਸ ਕੇ ਕਹਿਣ ਲੱਗੀ, ਹਾਂਜੀ ਇਸ ਕਰਕੇ ਤੁਹਾਡਾ ਧੰਨਵਾਦ ਕਰਨ ਆਈ ਹਾਂ, ਤੁਹਾਡੀ ਨੇਕ ਸਲਾਹ ਮੰਨ ਕੇ ਮੈਂ ਆਪਣੇ ਪਤੀ ਨਾਲ ਵਿਦੇਸ਼ ਜਾ ਰਹੀ ਹਾਂ। ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਜੀ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ ਜੀ।